ਵਿੱਚ ਬਹਿ ਕੇ ਜਨਾਬ ਅਸੀਂ ਖਾਣ ਲੱਗੇ ਅਮਰੂਦ ਅਤੇ ਰਮਾਨ ਸਾਹਿਬ ਅੱਜ ਏਅਰਪੋਰਟ ਦਾ ਜਨਾਬ ਚੱਕਰ ਲਾਇਆ ਤਾਂ ਕਿਸ ਤਰ੍ਹਾਂ ਲੱਗਿਆ ਸੋ ਅਸਲਾਮ ਅਲੈਕੁਮ ਵੀਵਰ ਕਿਆ ਹਾਲ ਚਾਲ ਉਮੀਦ ਕਰਤਾ ਹੂੰ ਆਪ ਸਭ ਖੈਰੀਅਤ ਸੇ ਹੋਂਗੇ ਔਰ ਜਨਾਬ ਜਹਾਂ ਵੀ ਹੋਂ ਖੁਸ਼ ਹੋਂ ਤੋ ਆਜ ਜਨਾਬ ਹਮ ਜਾ ਰਹੇ ਥੇ ਹਮ ਵੈਸੇ ਹੋ ਤੋ ਹੋ ਕੇ ਆ ਗਏ ਹਾਂ ਤੋ ਮੈਨੇ ਸੋਚਾ ਆਪਕੋ ਪੂਰੀ ਅਪਡੇਟ ਦੇ ਦੂੰ ਅੱਜ ਕੀ ਏਅਰਪੋਰਟ ਪੇ ਗਏ ਥੇ ਸਿਆਲਕੋਟ ਕੇ ਤੋ ਜਨਾਬ ਵਹਾਂ ਪੇ ਜੋ ਹੈ ਨਾ ਬਿਲਕੁਲ ਖਾਲੀ ਹੈ ਵੋ ਆਪ ਆਗੇ ਵੀਡੀਓ ਮੇਂ ਦੇਖ ਸਕਤੇ ਹੈ ਤੋ ਰਸਤੇ ਮੇਂ ਜਨਾਬ ਬੜੇ ਪਿਆਰੇ ਮਰੂਦ ਲੱਗੇ ਹੋਏ ਥੇ ਵੋ ਭਾਈ ਜਨਾਬ ਕਾਟ ਰਹਾ ਯੇ ਹਮਾਰੇ ਪਿੱਛੇ ਜਨਾਬ ਬਾਗ ਹੈ ਪੂਰਾ ਅਮਰੂਦ ਕਾ ਤੋ ਫਰੈਸ਼ ਅਮਰੂਦ ਹੈ ਜਨਾਬ ਮੈਨੇ ਕਹਾ ਕਿ ਚਲੋ ਇਰਫਾਨ ਸਾਹਿਬ ਕੋ ਅਮਰੂਦ ਖਿਲਾ ਦੇ ਅੱਜ ਤੋ ਜਨਾਬ ਇਰਫਾਨ ਸਾਹਿਬ ਅਮਰੂਦ ਖਾ ਕੇ ਫਿਰ ਦੱਸਿਓ ਜੇ ਕਿਸ ਤਰ੍ਹਾਂ ਲੱਗੇ ਨੇ ਠੀਕ ਹੈ ਇਰਫਾਨ ਸਾਹਿਬ ਨੂੰ ਇੱਕ ਲੜ ਗਿਆ ਇੱਥੇ ਕੀੜਾ ਲਾਲ ਜਨਾਬ ਉਹਨਾਂ ਨੇ ਕਿਹਾ ਪਤਾ ਨਹੀਂ ਕਿਹੜੇ ਬੂਟੇ ਦੇ ਨੇ ਅਸੀਂ ਸਪੈਸ਼ਲ ਲਾਲ ਵੇਖ ਕੇ ਆਏ ਹਾਂ ਖਾ ਕੇ ਵਾਹੋ ਹਾਂ ਦੱਸੋ ਹਾਂ ਪੀਓ ਜਨਾਬ ਠੰਡਾ ਪਾਣੀ ਠੰਡਾ ਠੰਡਾ ਠਾਰ ਪਾਣੀ ਪਾਣੀ
सब कुछ। वो कह रहे हैं जनाब जब फ्लाइट का टाइम होता है सिर्फ उस वक्त आए। नहीं उन्होंने पुत्र सारी इन्फॉर्मेशन गलत गल नहीं कभी की थी किसी नाल सीधी दसो उन्हें कि ओए की कर रहा है ਸਲਾਮੁਅਲੈਕਮ। ਆਫਿਸ ਬੰਦ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਜਦੋਂ ਫਲਾਈਟ ਓਪਨ ਹੁੰਦੀ ਹੈ ਨਾ ਉਦੋਂ 2 ਘੰਟੇ ਜਾਂ 3 ਘੰਟੇ ਪਹਿਲਾਂ ਆਓ। ਪਰ ਮੈਨੂੰ ਉਹ ਟਰੈਵਲ ਏਜੰਟਾਂ ਨੇ ਕਿਹਾ ਕਿ ਤੁਸੀਂ ਜਾਓ ਬੈਠੇ ਨੇ। ਮਿਹਰਬਾਨੀ ਜੀ एवरीवन, क्या हालचाल है जनाब। उम्मीद करता हूँ आप सब खैरियत से होंगे। तो जनाब आज की टुडे जो है अपडेट है सियालकोट एयरपोर्ट की। क्यों जी इरफान साहब कैसा लग गया जाए थे? पार्किंग खाली, दुनिया खाली, घर च बैठी है, काम है नहीं है। तो जनाब ए साडे भाई ने स्टाफ नहीं होता ऑफिस से है ना जना, पता तो करना ना होना था सीधा ही नहीं इधर जा। हाली जनाब है पूरी दुनिया के हाल है। इतों जनाब परची ले लो, परची ले लो, परची ले लो। अस्सलाम वालेकुम जी, की हाल? ਪਤਾ ਨਹੀਂ ਕਿੱਧਰ ਜਾਂਦਾ, ਇਹ ਜਾਂਦਾ ਕਿੱਧਰ, ਉੱਧਰ ਹੀ ਜਾਣਾ ਜਿੱਧਰ ਜਨਾਬ ਜਾ ਰਿਹਾ।